ਜਿਹੜੀ ਮੈਂ ਲੜਕੀ ਦੀ ਗੱਲ ਕਰਦਾ ਸੀ ਉਹ ਮੁੰਡੇ ਨੇ ਡੈਥ ਜਿਹਦੀ ਹੋਈ ਆ ਉਹਦੇ ਉੱਤੇ ਬੜਾ ਰੋਲਾ ਪਿਆ ਆਪੋ ਆਪਣਾ opinion ਦਿੱਤਾ ਪਰ ਥੋੜੇ ਜਾਈ ਜੈਨੂ ਨੂੰ ਹੋਇਆ ਕਰੋ ਆਪਣੇ ਸਵਾਰਥ ਨੂੰ ਅਸੂਲਾਂ ਦੇ ਪਿੱਛੇ ਨਾ ਲੁਕੋਇਆ ਕਰੋ ਸਾਨੂੰ ਸਾਰਿਆਂ ਨੂੰ ਪਤਾ ਆ ਕਿ ਇਹ ਸੌਦੇ ਕਰ ਰਹੇ ਆਂ ਸੀ ਜਿਹੜੇ ਵੱਡੇ ਵੱਡੇ ਗੱਲਾਂ ਮਾਰਦੇ ਨਾ ਉੱਥੇ ਵੀ ਕੁੜੀ ਨੂੰ ਤਰਸ ਨਹੀਂ ਆਇਆ ਜੀ ਕੁੜੀ ਨੇ ਦੇਖੋ ਜੋ ਮਰਜੀਆ ਜਿੰਨੀ ਮਿਹਨਤ ਕਰਦੀਆਂ ਲੜਕੀਆਂ ਪਹਿਲਾਂ ਤਾਂ ਸਾਡੇ ਬੱਚੇ ਸਾਡੇ ਮੁੰਡੇ ਉੱਥੇ ਉਹਨੇ ਬੈਂਡ ਨਹੀਂ ਲੈ ਪਾਉਂਦੇ ਉਹ ਅਯਾਸ਼ੀ ਕਰਦੇ ਆ ਮਜ਼ਾ ਕਰਦੇ ਕੁੜੀਆਂ ਮਿਹਨਤ ਕਰਕੇ ਪੜ੍ਹਦੀਆਂ ਫਿਰ ਠੀਕ ਹੈ ਘਰਦਿਆਂ ਦਾ ਪੈਸਾ ਲੱਗਦਾ ਆ ਮੁੰਡੇ ਦੇ ਨਾਲ ਸੌਦਾ ਹੋ ਜਾਂਦਾ ਕੁੜੀ ਦਾ ਅਗਲੀ ਜਾਂਦੀ ਆ ਉਹਨੂੰ ਜਾ ਕੇ ਪਹਿਲਾਂ ਉੱਥੇ ਜਾ ਕੇ ਪੜ੍ਹਾਈ ਕਰਨੀ ਹੁੰਦੀ ਆ ਫਿਰ ਜਾ ਕੇ ਉਹਨੇ ਨੌਕਰੀ ਲੱਭਣੀ ਹੁੰਦੀ ਆ ਫਿਰ ਉਹਨੂੰ ਜਾ ਕੇ ਬੋਸ ਨੂੰ ਖੁਸ਼ ਕਰਨਾ ਪੈਂਦਾ ਹੈ ਨਿਊਜ਼ੀਲੈਂਡ ਦੇ ਵਿੱਚ ਮੈਨੂੰ ਪਤਾ ਹੈ ਜਿੰਨੇ ਬੰਦੇ ਕੁੜੀਆਂ ਨੂੰ ਜੋਬਾਂ ਤੇ ਰੱਖਦੇ ਆ ਰੈਸਟੋਰੈਂਟਾਂ ਜਿੱਥੇ ਵੀ ਉਹ ਕੰਮ ਕਰਦੀਆਂ ਆ ਜੇ ਸਟੂਡੈਂਟ ਵੀ ਜਿੱਥੇ ਕੰਮ ਕਰਦੇ ਆ ਉੱਥੇ ਸਾਰਿਆਂ ਨੂੰ ਪਤਾ ਕਿ ਕਿੰਨੀ ਮਿਹਨਤ ਉਹਨਾਂ ਨੂੰ ਕਰਨੀ ਪੈਂਦੀ ਆ ਜੇ ਕਿਤੇ ਹੋਇਆ ਜੇ ਅਸੀਂ ਉਹ ਗਿਣਤੀ ਦੇਖੀਏ ਕਿ ਇੱਕ ਧਿਰ ਨੇ ਦੂਜੀ ਧਿਰ ਦੇ ਉੱਤੇ ਤਸ਼ੱਦਦ ਕਰ ਦਿੱਤਾ ਉਹ ਕੋਪ ਨਹੀਂ ਕਰ ਜਦੋਂ ਉਹ ਮੁੰਡਾ ਫਿਲਮੀ ਐਕਟਰ ਸੀ ਜਿਹਨੇ ਆਤਮ ਹੱਤਿਆ ਕੀਤੀ ਸੀ ਉਦੋਂ ਵੀ ਅਸੀਂ ਗੱਲ ਕਹੀ ਸੀ ਵੀ ਪ੍ਰੈਸ਼ਰ ਨਹੀਂ ਚੱਲਿਆ ਗਿਆ ਉਹ ਤੋਂ ਇਹ ਉਹਦਾ ਆਪਣਾ ਕਸੂਰ ਆ ਪੰਗਾ ਉੱਡਾ ਕੇ ਲੈਣਾ ਚਾਹੀਦਾ ਜਿੰਨਾ ਪ੍ਰੈਸ਼ਰ ਚੱਲ ਸਕੋ ਹੁਣ ਜੇ ਅਸੀਂ ਆਪਣੀ ਗੱਲ ਕਰੀਏ ਸਾਡੇ ਤੇ ਜਦੋਂ ਕਦੇ ਆ ਕੇ ਗੁਰਪ੍ਰੀਤ ਕੈਲੀਫੋਰਨੀਆ ਆਉਂਦਾ 2.5 ਤੋਂ 300 ਬੰਦਾ ਆ ਜਾਂਦਾ ਕਦੇ 25-30 ਗੁਰਦੁਆਰੇ ਬਾਈਕਾਟ ਕਰ ਦਿੰਦੇ ਕਦੇ ਅਕਾਲ ਤਖਤ ਤੋਂ ਉਹ ਸ਼ਿਕ ਦੀ ਗੱਲ ਕਰਦੇ ਆ ਕਦੇ ਇੰਡੀਆ ਆ ਤੈਨੂੰ ਅਸੀਂ ਜੀਣਾ ਚੱਕਾਂਗੇ ਏ ਐ ਕਰਾਂਗੇ ਵੱਡਾਂਗੇ ਕਦੇ ਸਰੂਪ ਚੱਕ ਕੇ ਲੈ ਜਾਂਦੇ ਆ ਦਿਨੇ ਦੇ ਹੜੇ ਨਿਊਜ਼ੀਲੈਂਡ ਵਰਗੇ ਮੁਲਕ ਚ ਫਿਰ ਇੰਨੇ ਛੇ ਬੰਦੇ ਆਉਂਦੇ ਆ ਕਟਾ ਵੱਡ ਹੁੰਦੀ ਆ ਉਸ ਵੇਲੇ ਜੇ ਅਸੀਂ ਜੇ ਮੈਂ ਇਹ ਕਹਾ ਪੇ ਯਾਰ ਇਦਾਂ ਤੰਗ ਕਰਦੇ ਆ ਪੇ ਅਸੀਂ ਇਹ ਕਾਦਾ ਜੀਣਾ ਆ ਇਦਾਂ ਕਰਕੇ ਆਤਮ ਹੱਤਿਆ ਕਰੀਏ ਤੇ ਭਾਂਡਾ ਉਹਨਾ ਸਿਰ ਪੰਨੀਆਂ ਨਹੀਂ 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 ਪੰਗਾ ਉਹਨਾਂ ਕੋਲ ਆਓ ਜਿੰਨਾ ਪ੍ਰੈਸ਼ਰ ਚੱਲ ਸਕਦੇ ਆ ਜੇ ਗਿਣਤੀ ਕਰੋ ਤਾਂ ਸੋਚ ਕੇ ਦੇਖੋ ਕਿੰਨੀਆਂ ਉਹ ਕੁੜੀਆਂ ਆ ਜਿਨ੍ਹਾਂ ਦੇ ਨਾਲ ਮੁੰਡਿਆਂ ਨੇ ਵਿਆਹ ਕਰਾ ਕੇ ਦੋ-ਦੋ ਨਿਆਣੇ ਜੰਮ ਕੇ ਤਾਂ ਛੱਡ ਦਿੱਤੀਆਂ ਉਹਨਾਂ ਬੱਚੀਆਂ ਨੇ ਕੱਲੀਆਂ ਨੂੰ ਆ ਔਰਤਾਂ ਨੇ ਕੱਲੀਆਂ ਨੇ ਬੱਚੇ ਪਾਲੇ ਆ ਉਹਨਾਂ ਨੇ ਤਾਂ ਜਿੱਦਾਂ ਆਤਮ ਹੱਤਿਆ ਕਰਨ ਲੱਗੇ ਅਗਲਾ ਕੋਈ ਤੇ ਉਹ ਤਾਂ ਗਿਣਤੀ ਬਹੁਤ ਵੱਧ ਜੇ ਫਿਰ ਉਹਨੂੰ ਆਮ ਰੱਖਿਆ ਕਰੋ ਇਹਨਾਂ ਗੱਲਾਂ ਦੇ ਉੱਤੇ ਸਰਕਾਰੀ ਦਵਾਰੇ ਜਾ ਕੇ ਬਹੁਤਾ ਰੌਲਾ ਨਾ ਪਾਇਆ ਕਰੋ ਤੁਸੀਂ ਜਦੋਂ ਰੋਲਾ ਪਾਉਣਾ ਆ ਸਰਕਾਰ ਦਾ ਕੰਮ ਕੀ ਆ ਉਸ ਗੱਲ ਨੂੰ ਏਜੰਸੀਆਂ ਦਾ ਉਹਨਾਂ ਦੇ ਅਦਾਰਿਆਂ ਦਾ ਕੰਮ ਕੀ ਆ ਉਸ ਗੱਲ ਨੂੰ ਹਵਾ ਦੇ ਕੇ ਤੂਲ ਦੇ ਕੇ ਤੁਹਾਡੇ ਕੋਲੋਂ ਸੱਚ ਕਢਾਉਣਾ ਤੁਹਾਨੂੰ ਲੱਗਣਾ ਵੀ ਸਾਡੀ ਗੱਲ ਸੁਣੀ ਗਈ ਆ ਵੀ ਕੁੜੀ ਨੇ 40 ਲੱਖ ਰੁਪਈਆ ਲਵਾ ਲਿਆ ਉਹਨੇ ਤੁਹਾਡੇ ਕੋਲੋਂ ਸਾਰਾ ਕੁਝ ਕਹਾ ਲੈਣਾ ਵੀ ਅੱਛਾ ਵਿਆਹ ਇਦਾਂ ਹੁੰਦੇ ਆ ਤੁਹਾਡੇ ਇਦਾਂ ਐਗਰੀਮੈਂਟ ਹੋ ਜਾਂਦੇ ਆ ਤੁਹਾਡੇ ਵੀ ਪੈਸਾ ਮੁੰਡੇ ਵਾਲੇ ਨੇ ਲਾਉਣਾ ਆ ਅਗਲੇ ਦਿਨ ਹੀ ਪਹਿਲਾਂ ਸਮਝਾਉਣੀ ਉਹਨੇ ਕਹਣਾ ਕੁੜੀ ਬਾਹਰ ਆਈ ਆ ਕੁੜੀ ਪੜ੍ਹਨਾ ਚਾਹੁੰਦੀ ਆ ਕੁੜੀ ਆਪਣੀ ਜ਼ਿੰਦਗੀ ਬਣਾਉਣਾ ਚਾਹੁੰਦੀ ਆ ਫਿਰ ਮੁੰਡੇ ਵਾਲੇ ਪੈਸੇ ਕਿਉਂ ਲਾ ਰਹੇ ਆ ਫਿਰ ਜਦੋਂ ਤੁਸੀਂ ਸਮਝਾਉਣੀ ਸਾਰੀ ਗੱਲ ਉਹਨਾਂ ਨੂੰ ਉਹਨਾਂ ਨੂੰ ਨੁਕਤਾ ਸਮਝ ਆ ਜਾਣਾ ਕਿ ਮੁੰਡੇ ਦੇ ਕੋਲ ਕੁਆਲਟੀ ਨਹੀਂ ਹੈਗੀ ਬਾਹਰ ਆਉਣ ਦੀ ਮੁੰਡਾ ਉਹਨੂੰ ਪੌੜੀ ਬਣਾਉਣਾ ਚਾਹੁੰਦਾ ਹੈ ਬਾਹਰ ਜਾਣ ਲਈ ਉਹਨਾਂ ਦੇ ਸਿਟੀਜ਼ਨ ਹੋਣ ਲਈ ਉਹਨਾਂ ਦੀ ਪੀਆਰ ਲੈਣ ਲਈ ਸਿਰਫ ਕੁੜੀ ਹੱਕਦਾਰ ਆ ਉਹ ਸਾਰੀਆਂ ਗੱਲਾਂ ਤੁਹਾਡੇ ਨਿਊਜ਼ੀਲੈਂਡ ਦੇ ਵਿੱਚ 7-8 10 ਸਾਲ ਪਹਿਲਾਂ ਜਦੋਂ ਪਹਿਲਾਂ-ਪਹਿਲਾਂ ਇਹ ਰੌਲਾ ਪਿਆ ਤੇ এমਪਲੋਇਰ ਜਿਹੜੇ ਆ ਉਹ ਧੱਕਾ ਕਰਦੇ ਆ ਵੀਜਸ ਘੱਟ ਦਿੰਦੇ ਆ ਸਾਡੇ ਬੰਦਿਆਂ ਨੇ ਜਾ ਕੇ ਇਮੀਗ੍ਰੇਸ਼ਨ ਦੇ ਕੋਲ ਖਾਣੀਆਂ ਸੁਣਾਤੀਆਂ ਉਹਨਾਂ ਨੇ ਹੌਲੀ-ਹੌਲੀ ਕਰਕੇ ਛੋਟੇ ਬਿਜ਼ਨਸਾਂ ਦੇ ਉੱਤੇ ਪੀਆਰ ਦੇਣੀ ਹੀ ਬੰਦ ਕਰ ਦਿੱਤੀ ਕਾਨੂੰਨ ਬਦਲ ਜਾਂਦੇ ਆ ਇਸ ਕਰਕੇ ਸੰਭਲ ਕੇ ਜਦੋਂ ਕਿਸੇ ਤੇ ਦੋਸ਼ ਲਾਉਣਾ ਆ ਸੋਚ ਸਮਝ ਕੇ ਲਾਇਆ ਜਾ